ਸਤਿ ਸ਼੍ਰੀ ਅਕਾਲ ਜੀ। ਪਿਛਲੇ ਦਿਨੀ ਕਬੱਡੀ ਕਮੈਂਟਰ ਤੇਲੂ ਪੱਟੀ 'ਚ ਨਿਊਜ਼ੀਲੈਂਡ ਦੀ ਧਰਤੀ 'ਤੇ ਆਪਣੇ ਬੋਲਾਂ ਦੀ ਸਾਂਝ ਪਾਉਣ ਗਿਆ ਸੀ, ਜਿਸ ਦਾ ਵਿਦੇਸ਼ੀ ਸਫ਼ਰ ਪਹਿਲਾਂ ਸ਼ੁਰੂ ਹੋਇਆ ਅਤੇ ਉਹਦੇ ਸੰਬੰਧ ਵਿੱਚ ਅੱਜ ਪਿੰਡ ਗੜਬਧਾਣੇ ਪੁੱਜਣ 'ਤੇ ਇਲਾਕੇ ਦੇ ਪ੍ਰਸਿੱਧ ਕੋਚਾਂ ਨੇ, ਖਿਡਾਰੀਆਂ ਨੇ, ਪ੍ਰੋਫੈਸਰ ਮੱਖਣ ਸਿੰਘ, ਬਲਵੀਰ ਸਿੰਘ ਥਾਂਦੀ, ਕਰਮਜੀਤ ਚੱਕ ਸਾਬੂ ਅਤੇ ਹੋਰ ਇਲਾਕਾ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਢੋਲ ਵਜਾ ਕੇ ਗਲਾਂ ਵਿੱਚ ਹਾਰ ਪਾ ਕੇ ਅਤੇ ਲੱਡੂ ਵੰਡ ਕੇ ਪਿੰਡ ਵਾਸੀਆਂ ਵੱਲੋਂ ਵੀ ਤੇਲੂ ਪੱਟੀ ਗੜਬਧਾਣੇ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀ ਬਲਵੀਰ ਥਾਂਦੀ ਵੱਲੋਂ ਵੀ ਤੇਲੂ ਪੱਟੀ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਇਲਾਕੇ ਦੇ ਪ੍ਰਸਿੱਧ ਪ੍ਰਮੋਟਰਾਂ ਦਾ ਧੰਨਵਾਦ ਕੀਤਾ ਗਿਆ। ਨਾਲ ਹੀ ਕਰਮਜੀਤ ਚੱਕ ਸਾਬੂ ਵੱਲੋਂ ਵੀ ਇਲਾਕੇ ਦੇ ਪ੍ਰਮੋਟਰਾਂ ਦਾ ਧੰਨਵਾਦ ਅਤੇ ਤੇਲੂ ਪੱਟੀ ਗੜਬਧਾਣੇ ਨੂੰ ਮੁਬਾਰਕਾਂ ਦਿੱਤੀਆਂ ਗਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੱਥੇ ਸਾਡੇ ਪਿੰਡ ਲਈ ਅਤੇ ਮਾਣ ਵਾਲੀ ਗੱਲ ਹੈ, ਉੱਥੇ ਖੇਡ ਜਗਤ ਵਿੱਚ ਬਹੁਤ ਇੱਕ ਖੁਸ਼ੀ ਦੀ ਲਹਿਰ ਜਿਹੜੀ ਸੀਗੀ, ਜੋ ਪਿਛਲੇ ਦਿਨਾਂ ਵਿੱਚ ਕਬੱਡੀ ਦੇ ਜਿੱਥੇ ਮਹਾਨ ਖਿਡਾਰੀ ਅਤੇ ਨਾਲ ਹੀ ਸਾਥ ਬੁਲਾਰੇ ਜਿਹੜੇ ਕਬੱਡੀ ਦੇ ਆ, ਮਾਂ ਬੋਲੀ ਦੇ, ਉਹ ਵਿਦੇਸ਼ਾਂ 'ਚ ਗਏ ਸੀਗੇ, ਵੱਖਰੇ ਵੱਖਰੇ ਦੇ ਵਿੱਚ ਵਿਦੇਸ਼ਾਂ 'ਚ ਜਾ ਕੇ ਅੱਜ ਇਸੇ ਲੜੀ ਮੁਤਾਬਕ ਸਾਡੇ ਤੇਲੂ ਪੱਟੀ ਜੀ ਨਿਊਜ਼ੀਲੈਂਡ ਤੋਂ, ਜਿਹੜੇ ਉੱਥੇ ਆਪਣੇ ਕਬੱਡੀ ਦੇ ਪ੍ਰਮੋਟਰਾਂ ਨੇ ਇਹਨਾਂ ਨੂੰ ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਉੱਥੇ ਸੱਦਿਆ ਅਤੇ ਉੱਥੇ ਆਪਣੇ ਬੁਲਾਰੇ ਵਜੋਂ ਜਾ ਕੇ ਆਪਣੇ ਪੰਜਾਬੀ ਮਾਂ ਬੋਲੀ ਦਾ ਮਾਣ ਵਧਾ ਕੇ ਆਏ ਆ। ਤੋ ਸਾਡੇ ਪਿੰਡ ਦਾ ਵੀ ਬਹੁਤ ਵੱਡਾ ਮਾਣ ਵਧਿਆ, ਕਿਉਂਕਿ ਇਹਨਾਂ ਕਰਕੇ ਅੱਜ ਜੇ ਗੜਬਧਾਣੇ ਨੂੰ ਦੁਨੀਆ ਜਾਣਦੀ ਆ ਅਤੇ ਇਹਨਾਂ ਦੇ ਬੋਲਾਂ ਕਰਕੇ ਜਾਣਦੀ ਆ ਵੀ ਤੇਲੂ ਗੜਬਧਾਣੇ ਵਾਲਾ। ਸੋ ਸਾਨੂੰ ਮੁੰਡੇ 'ਤੇ ਬੜਾ ਮਾਣ ਹੈ ਅਤੇ ਅਸੀਂ ਪੂਰੇ ਇਹਦਾ ਸਤਿਕਾਰ ਕਰਦੇ ਹਾਂ ਅਤੇ ਇਹਨੂੰ ਜੀਆਂ ਆ ਆਖਣ ਆਏ ਹਾਂ। ਅਤੇ ਜਿੰਨੇ ਵੀ ਇੱਥੇ ਹੋਰ ਵੀ ਸਾਰੇ ਸਾਥੀ ਪਹੁੰਚੇ ਆ, ਪੱਤਰਕਾਰ ਭਾਈਚਾਰੇ ਤੋਂ ਜਾਂ ਹੋਰ ਸਾਡੇ ਸੱਜਣ ਕਬੱਡੀ ਖਿਡਾਰੀ ਜਿਹੜੇ ਆ, ਉਹਨਾਂ ਦਾ ਵੀ ਇੱਥੇ ਆਇਆਂ ਦਾ ਜੀਆਂ ਨੂੰ ਸਤਿ ਕਰਦੇ ਹਾਂ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੇਰਾ ਜ਼ਿੰਦਗੀ ਦਾ ਪਹਿਲਾ ਟੂਰ ਖੇਡ ਕਬੱਡੀ ਦੀ ਕਮੈਂਟਰੀ ਦਾ, ਜੋ ਨਿਊਜ਼ੀਲੈਂਡ ਦਾ ਦੌਰ ਰਿਹਾ, ਅਤੇ ਬਹੁਤ ਵਧੀਆ, ਮਤਲਬ ਉੱਥੇ ਮਾਣ ਸਤਿਕਾਰ ਮਿਲਿਆ ਨਿਊਜ਼ੀਲੈਂਡ ਦੇ ਵਿੱਚ। ਅਤੇ ਤੀਰਥ ਅਟਵਾਲ ਭਾਅ ਜੀ ਹੁਣੀ, ਜਿਨ੍ਹਾਂ ਨੇ ਮੈਨੂੰ ਨਿਊਜ਼ੀਲੈਂਡ ਸੱਦਿਆ, ਉੱਥੋਂ ਦੀਆਂ ਉਹਨਾਂ ਦੀ ਸਾਰੀ ਫੈਡਰੇਸ਼ਨ, ਹੋਰ ਵੀ ਜਿੰਨੀਆਂ ਕਲੱਬਾਂ ਸੀਗੀਆਂ, ਉਹਨਾਂ ਨੇ ਬਹੁਤ ਹੀ ਵੱਡਾ ਮੇਰਾ ਸਨਮਾਨ ਵੀ ਜਿਹੜਾ ਗਰਾਊਂਡਾਂ ਦੇ ਵਿੱਚ ਵੀ ਕੀਤਾ। ਅਤੇ ਮੈਂ ਵਾਰੀ ਹਾਂ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਦਾ, ਜਿਨ੍ਹਾਂ ਨੇ ਮੈਨੂੰ ਇਹ ਮੌਕਾ ਦਿੱਤਾ। ਮੇਰੀ ਜ਼ਿੰਦਗੀ ਦਾ ਪਹਿਲਾ ਟੂਰ ਸੀ, ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਾ। ਅਤੇ ਹੋਰ ਵੀ ਆਉਣ ਵਾਲੇ ਸਮੇਂ 'ਚ ਅਸੀਂ ਆਸ ਕਰਦੇ ਹਾਂ ਵੀ ਹੋਰ ਵੀ ਜਿਹੜੇ ਨਵੇਂ ਪਲੇਅਰ ਉੱਠਣ, ਜਾਂ ਨਵੇਂ ਪਲੇਅਰਾਂ ਨੂੰ ਮੌਕਾ ਨਿਊਜ਼ੀਲੈਂਡ ਦਿੰਦੀ ਆ, ਅਤੇ ਨਵੇਂ ਪਲੇਅਰ ਹੋਰ ਵੀ ਉੱਠ ਕੇ ਮਿਹਨਤ ਕਰਨ, ਗਰਾਊਂਡਾਂ ਵੱਲ ਆਉਣ, ਨਸ਼ੇ ਤੋਂ ਬਚ ਕੇ ਇਹ ਖੇਡਾਂ ਵੱਲ ਆਉਣ। ਇਸ ਗੱਲ ਲਈ ਵੱਡਾ ਉਪਰਾਲਾ ਆਪਾਂ ਕਰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਨੂੰ ਪੰਜਾਬ ਨੂੰ ਬੜਾ ਇੱਕ ਮਾਣ ਹੋਇਆ। ਪੰਜਾਬ ਦਾ ਇੱਕ ਛੋਟਾ ਜਿਹਾ ਪਿੰਡ ਆ ਗੜਬਧਾਣਾ, ਜਿਹੜਾ ਤੇਲੂ ਦੀ ਬਦੌਲਤ, ਗੜਬਧਾਣੇ ਦੀ ਬਦੌਲਤ ਦੁਨੀਆ ਭਰ 'ਚ ਪ੍ਰਸਿੱਧ ਹੋ ਗਿਆ। ਮੇਰੇ ਨਾਲ ਭਰਾ ਸਾਡਾ ਬਲਵੀਰ ਥਾਂਦੀ ਹੈ, ਪ੍ਰਧਾਨ ਹੈ ਕਲੱਬ ਦੇ, ਨਾਲ ਤੇਲੂ ਜੀ ਗੜਬਧਾਣਾ, ਔਰ ਸਾਰਾ ਨਗਰ ਅਤੇ ਸਾਰਾ ਪਰਿਵਾਰ ਇਕੱਠਾ ਹੋ ਕੇ, ਨਾਲ ਜਿੰਨੇ ਵੀ ਰਿਸ਼ਤੇਦਾਰ ਪੁੱਜੇ ਆ, ਇਲਾਕੇ ਦੇ ਜਿੰਨੇ ਵੀ ਖਿਡਾਰੀ ਵੀਰ ਪੁੱਜੇ ਆ, ਔਰ ਜਿਹਦੇ ਵਿੱਚ ਗੋਰਾ ਫੁਲਪੋਤਾ ਜੀ ਪ੍ਰੋਫੈਸਰ ਸਾਹਿਬ, ਉਹਨਾਂ ਨੇ ਆਪ ਇਸਤਕਬਾਲ ਕੀਤਾ ਸਾਡੇ ਤੇਲੂ ਭਾਅ ਜੀ ਦਾ। ਮੈਂ ਬਹੁਤ ਰਿਣੀ ਹਾਂ ਸਾਡੇ ਭਰਾ ਦਾ, ਜਿਸ ਭਰਾ ਨੇ ਸਾਡੇ ਇਸ ਪੰਜਾਬ ਦਾ ਨਾਂ, ਇਲਾਕੇ ਦਾ ਨਾਂ, ਇਹਨਾਂ ਜ਼ਿਲ੍ਹਿਆਂ ਦਾ ਨਾਂ ਬਹੁਤ ਵੱਡੇ ਪੱਧਰ 'ਤੇ ਲੈ ਕੇ ਗਏ ਆ, ਔਰ ਜਿੰਨੇ ਵੀ ਸਾਰੇ ਨਗਰ ਦੇ ਭਰਾ ਇਹਨਾਂ ਨਾਲ ਜੁੜੇ ਆ, ਉਹਨਾਂ ਵੱਲੋਂ ਅਸੀਂ ਆਪਣੇ ਵੱਲੋਂ ਸਾਰੀ ਨਿਊਜ਼ੀਲੈਂਡ ਫੈਡਰੇਸ਼ਨ ਦਾ ਬਹੁਤ ਵੱਡਾ ਇੱਕ ਧੰਨਵਾਦ ਕਰਦੇ ਹਾਂ। ਖਾਸ ਕਰਕੇ ਤੀਰਥ ਭਾਅ ਜੀ ਦੀ ਬਦੌਲਤ ਇਸ ਭਰਾ ਦਾ, ਕਹਿੰਦੇ ਵਿਦੇਸ਼ਾਂ ਦਾ ਟੂਰ ਲੱਗਾ, ਔਰ ਸਾਰੀ ਫੈਡਰੇਸ਼ਨ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸਤਿਕਾਰ, ਔਰ ਬਾਕੀ ਸਾਰੇ ਪ੍ਰਮੋਟਰਾਂ ਦਾ ਜਿਨ੍ਹਾਂ ਨੇ ਦਿਲੋਂ ਇਹਦਾ ਸਤਿਕਾਰ ਕੀਤਾ, ਅਸੀਂ ਜੀਆਂ ਨੂੰ ਆਖਾਂਗੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ।